ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸਾਵਧਾਨ ਹੁਣੇ-ਹੁਣੇ ਪੰਜਾਬ ਦੇ ਵਿੱਚ ਇੱਥੇ 16 ਅਗਸਤ ਤੱਕ ਲਈ ਲਾਗੂ ਹੋ ਗਿਆ ਇਹ ਸਰਕਾਰੀ ਹੁਕਮ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਪੰਜਾਬ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਉਥੋਂ ਦੇ ਪੰਚਾਇਤ ਮੈਂਬਰਾਂ ਦੇ ਵੱਲੋਂ ਠਿਕਰੀ ਪੈਰੇ ਲਾਏ ਜਾ ਰਹੇ ਹਨ ਤਾਂ ਜੋ ਪਿੰਡ ਦੇ ਵਿੱਚ ਹੋਣ ਵਾਲੀਆਂ ਵਾਰਦਾਤਾਂ ਤੇ ਚੋਰੀਆਂ ਨੂੰ ਹੋਣ ਤੋਂ ਰੋਕਿਆ ਜਾ ਸਕੇ ਪੰਚਾਇਤ ਮੈਂਬਰਾਂ ਦੇ ਵੱਲੋਂ ਲੋਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹ ਕਦਮ ਚੁੱਕਿਆ ਜਾਂਦਾ ਜਿਸ ਵਿੱਚ ਪਿੰਡ ਦੇ ਹਰ ਘਰ ਨੂੰ ਵਾਰੀ ਦੇ ਸਮੇਤ ਪਿੰਡ ਦੇ ਵਿੱਚ ਪਹਿਰਾ ਦੇਣਾ ਪੈਂਦਾ ਹੈ ਪੰਚਾਇਤ ਮੈਂਬਰਾਂ ਵੱਲੋਂ ਇਸੋ ਫੈਸਲੇ ਦੇ ਨਾਲ ਲੋਕ ਬੇਖੌਫ ਹੋ ਕੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾ ਕੇ ਸੌ ਸਕਦੇ ਨੇ ਨਾਲ ਹੀ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਵਾਰਦਾਤ ਵਾਪਰਨ ਦਾ ਕੋਈ ਡਰ ਨਹੀਂ ਰਹਿੰਦਾ ਨਵਾਂ ਸ਼ਹਿਰ ਤੋਂ ਸਰਕਾਰ ਵੱਲੋਂ ਇੱਕ ਅਜਿਹੀ ਹੀ ਠਿਕਰੀ ਪੈਰੇ ਦੇ ਨਾਲ ਜੁੜਿਆ ਹੁਕਮ ਜਾਰੀ ਹੋਇਆ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ ਬੇਟ ਅਤੇ ਪੰਚਾਇਤ ਅਫਸਰ ਅਤੇ ਜ਼ਿਲ੍ਹਾ ਵਿਕਾਸ ਅਫਸਰ ਦੁਆਰਾ ਇਸ ਖੇਤਰ ਦੇ ਵਿੱਚ ਪੈਂਦੇ ਪਿੰਡਾਂ ਦੀਆਂ ਪੰਚਾਇਤਾਂ ਦੁਆਰਾ ਇਹ ਹੁਕਮ ਲਾਗੂ ਕਰਵਾਏ ਗਏ ਹਨ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਵਿੱਚ ਪੈਂਦੇ ਸਤਲੁਜ ਦਰਿਆ ਅਤੇ ਬੇਟ ਦੇ ਪਿੰਡਾਂ ਵਿੱਚ ਠੀਕਰੀ ਪੈਰਾ ਲਾਇਆ ਜਾਵੇ ਇਸ ਦੌਰਾਨ ਇਸ ਪਿੰਡ ਦੇ ਪਟਵਾਰੀ ਜਾਂ ਕਾਨੂੰਗੋ ਜੋ ਰੋਜ਼ਾਨਾ ਹੀ ਸਤਲੁਜ ਦਰਿਆ ਦੀ ਸਥਿਤੀ ਦੀ ਇੱਕ ਰਿਪੋਰਟ ਬਣਾਉਣਗੇ ਤੇ ਉਸਨੂੰ ਸੰਬੰਧਿਤ ਤਹਿਸੀਲਦਾਰ ਨੂੰ ਭੇਜਿਆ ਜਾਵੇਗਾ ਇਹ ਰਿਪੋਰਟ ਬੀਆਰ ਸ਼ਾਖਾ ਦੇ ਡੀਸੀ ਦਫ਼ਤਰ ਦੇ ਵਿੱਚ ਭੇਜਣ ਦੀ ਜ਼ਿੰਮੇਵਾਰੀ ਤਹਿਸੀਲਦਾਰ ਦੀ ਹੋਵੇਗੀ ਇਸ ਦੇ ਨਾਲ ਹੀ ਰੇਂਜ ਜਲੰਧਰ ਅਤੇ ਹਸ਼ਿਆਰਪੁਰ ਦੇ ਕਾਰਜਕਾਰੀ ਇੰਜੀਨੀਅਰ ਆਪਣੇ ਆਪਣੇ ਇਲਾਕੇ ਦੇ ਅਧੀਨ ਲੱਗਦੇ ਸਤਲੁਜ ਦਰਿਆ ਦੇ ਪਾਣੀ ਦੇ ਲੈਵਲ ਦੀ ਰਿਪੋਰਟ ਰੋਜ਼ਾਨਾ ਹੀ ਡੀਸੀ ਦਫ਼ਤਰ ਭੇਜਣ ਦੀ ਜ਼ਿੰਮੇਵਾਰੀ ਨਿਭਾਉਣਗੇ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਡਾਕਟਰ ਸ਼ੀਨਾ ਅਗਰਵਾਲ ਨੇ ਫੌਜਦਾਰੀ ਜਾਬਤਾ ਸੰਗਤਾ ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆ ਪੰਜਾਬ ਵਿਲੇਜ ਅਤੇ ਸਮਾਲਟਾਊਨ ਪੈਟਰੋਲ ਐਕਟ 1900 18 ਦੀ ਧਾਰਾ ਦੇ ਤਹਿਤ ਠਿਕਰੀ ਪੈਰੇ ਲਾਉਣ ਦੇ ਹੁਕਮ ਜਾਰੀ ਕੀਤੇ ਨੇ ਇਹ ਹੁਕਮ ਅਗਲੇ ਮਹੀਨੇ ਦੀ 16 ਤਰੀਕ ਤੱਕ ਜਾਰੀ ਰਹਿਣਗੇ ਧੰਨਵਾਦ